मीरथल ब्लॉक की 34 विजयी ग्राम पंचायतों को विधायक अमित विज ने सम्मानित किया। सरपंचों व पंचों को संबोधित करते हुए उन्होंने कहा कि बिना पक्षपात के सभी विकास कार्य करवाए जाएं। मैं बेनती करांगा कि पंच ते सरपंच अपनी जगह ते खड़े हो जाएं। जे अगे आना पिछा अगे आ लो, कोई गल सब सब ठीक है। मैं दिनेश राज सरपंच पिंड नलूंगा तो, और मेरे जिन्ने भी सारे सरपंच 27 पिंडा तो मेरे हल्के च और 7 पंचायतों पारले नशहरा नालबंदा हल्के तो अज श्री अमित विज जी ने इत्थे समारोह किया और सानू सन्मानित किया। ਸਾਡੇ ਹਾਰ ਪਾ ਕੇ ਸਾਡੇ ਗਲਾਂ ਦੇ ਵਿੱਚ ਸਾਨੂੰ ਮਾਣ ਦਿੱਤਾ ਔਰ ਇਹ ਹਦਾਇਤ ਕੀਤੀ ਸਾਨੂੰ ਔਰ ਸਾਨੂੰ ਹੁਕਮ ਵੀ ਦਿੱਤੇ ਉਹਨਾਂ ਨੇ ਔਰ ਸਾਨੂੰ ਪਿਆਰ ਵੀ ਕੀਤਾ ਵੀ ਜਿਹੜਾ ਵੀ ਪਿੰਡਾਂ ਦੇ ਵਿੱਚ ਕੰਮ ਕਰਨੇ ਆ ਉਹ ਬਿਲਕੁਲ ਪਾਰਦਰਸ਼ੀ ਕਰਨੇ ਆ, ਕਿਸੇ ਨਾਲ ਮਤਭੇਦ ਨਹੀਂ ਕਰਨਾ ਔਰ ਵੱਧ ਤੋਂ ਵੱਧ ਡਿਵੈਲਪਮੈਂਟ ਕਰਾਉਣੀ ਹੈ। ਔਰ ਥੋੜ੍ਹੇ ਜਿਹੜੇ ਵੀ 2019 ਦੇ ਵਿੱਚ ਇਲੈਕਸ਼ਨ ਆ ਰਿਹਾ ਅਸੀਂ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨੇ ਆ ਔਰ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਨੂੰ ਬਣਾਉਣਾ। ਅੱਜ ਅਸੀਂ ਜਿੰਨੇ ਵੀ ਸਰਪੰਚ ਸਾਹਿਬ ਅਤੇ ਸਾਡੇ ਪੰਚਾਇਤ ਮੈਂਬਰ ਅਤੇ ਮੇਨ ਵਰਕਰਸ ਨੇ ਜਿਹੜੇ ਲੋਕਾਂ ਨਾਲ ਜੁੜੇ ਨੇ ਪਿੰਡਾਂ 'ਚੋਂ ਸਾਰੇ 36 ਪੰਚਾਇਤਾਂ ਦੇ ਆਏ ਸੀ। ਅਸੀਂ ਬੈਠ ਕੇ ਇੱਕ ਤਾਂ ਨਵਾਂ ਸਾਲ ਵਿਸ਼ ਕੀਤਾ, ਉਹਨਾਂ ਨੂੰ ਲੋਹੜੀ ਦੀ ਮੁਬਾਰਕਾਂ ਦਿੱਤੀਆਂ ਅਤੇ ਨਾਲ ਲੋਕਾਂ ਵਾਸਤੇ ਜਿਹੜੇ ਮੇਨ ਕੰਮ ਨੇ ਮੁੱਦੇ ਉਹ ਕਿਸ ਤਰ੍ਹਾਂ ਅਸੀਂ ਕਰਨੇ ਆ, ਮਿਲ ਕੇ ਕਰਨੇ ਆ, ਉਹ ਡਿਸਕਸ਼ਨ ਕੀਤਾ। ਮੈਨੂੰ ਲੱਗਦਾ ਕਿ ਟੀਮ ਬਹੁਤ ਅੱਛੀ ਤਿਆਰ ਹੋ ਗਈ ਹੈ ਅਤੇ ਅਸੀਂ ਸਾਰੇ ਮਿਲ ਕੇ ਹੁਣ ਆਪਣੀ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਐਡੀ ਵੱਡੀ ਉਹ ਅਸੀਂ ਮਿਲ ਕੇ ਪੂਰੀ ਕਰ ਸਕਾਂਗੇ ਜੀ।